ਜਿੰਨਾ ਚਿਰ ਕੋਈ ਆਪ ਨਸ਼ਾ ਨਾ ਛੱਡਣਾ ਚਾਹੁੰਦਾ ਹੋਵੇ, ਬੁਰਾਈ ਆਪ ਅੰਦਰੋਂ ਛੱਡਣੀ ਨਾ ਚਾਹੁੰਦਾ ਹੋਵੇ, ਕਾਨੂੰਨ ਆ ਭੈ ਉਹਦੀ ਬੁਰਾਈ ਛੱਡਾ ਨਹੀਂ ਸਕਦਾ। ਪੁਲਿਸ ਹੈਗੀ, ਥਾਣੇ ਹੈਗੇ, ਕਾਨੂੰਨ ਹੈਗਾ, ਡਕੈਤੀਆਂ ਬੰਦ ਹੋ ਗਈਆਂ, ਜੇਲ੍ਹਾਂ ਹੈਗੀਆਂ, ਕ੍ਰਾਈਮ ਬੰਦ ਹੋ ਗਿਆ, ਨਾ ਹੋ ਸਕੇ। ਜਿਹੜੇ ਆਦਮੀ ਦਾ ਮਨ ਮੰਨ ਗਿਆ ਜੁਰਮ ਨਹੀਂ ਕਰਨਾ, ਉਹ ਆਪ ਹੀ ਉਹ ਕਰਦਾ ਹੀ ਨਹੀਂ। ਡਰ ਭੈ ਨਾਲ ਕ੍ਰਾਈਮ ਬੰਦ ਨਹੀਂ ਹੋ ਸਕਦਾ, ਪਰ ਡਰ ਭੈ ਦੇ ਬਿਨਾਂ ਸਰਦਾ ਵੀ ਹੈ ਨਹੀਂ। ਸੰਸਾਰ 'ਚ ਕ੍ਰਾਈਮ ਜ਼ਿਆਦਾ ਕਰਨ ਲੱਗ ਜਾਣ, ਜੇ ਇਹ ਕਹੀਏ ਵੀ ਡਰ ਭੈ ਚੱਕ ਦਈਏ, ਇਹ ਵੀ ਗੱਲ ਗਲਤ ਹੈ। ਸੰਸਾਰ 'ਚ ਨਹੀਂ ਇਹ ਗੱਲ ਹੋਣੀ, ਸੰਸਾਰ 'ਚ ਇਹ ਵੀ ਸਮਝਾ ਕੇ ਉਹਨਾਂ ਨੂੰ ਬੰਦ ਸਮਝਾਉਂਦੇ ਵੀ ਰਹੋ, ਡਰ ਭੈ ਵੀ ਰੱਖੋ, ਦੋਵੇਂ ਇਕੱਠੇ ਰੱਖੋ। ਸਮਝਾਉਣ ਵਾਲਾ ਪੱਖ ਸੰਸਾਰ ਨੇ ਛੱਡਿਆ ਹੋਇਆ, ਭਾਵੇਂ ਜਿਹੜਾ ਉਹਨਾਂ ਨੂੰ ਸੁਧਾਰ ਕਰ ਲਿਖ ਦਿੱਤਾ ਸੁਧਾਰ ਕਰ, ਪਰ ਉੱਥੇ ਸੁਧਾਰ ਵਾਲੀ ਗੱਲ ਤਾਂ ਕੋਈ ਨਹੀਂ ਚੱਲਦੀ। ਉਹ ਜੇਲਰ ਤਾਂ ਆਪ ਉਹਨਾਂ ਨਾਲ ਰਲੇ ਹੋਏ ਨੇ, ਪੈਸੇ ਲੈ ਕੇ ਬਾਹਰ ਕਰਾਉਂਦੇ ਨੇ ਕੰਮ, ਉੱਥੇ ਤਾਂ ਪਤਾ ਲੱਗਦਾ ਨਸ਼ੇ ਉੱਥੇ ਜਾਂਦੇ ਨੇ ਕੀ ਹੁੰਦਾ ਸਭ, ਜਿਹੜਾ 'ਚ ਪਤਾ ਹੀ ਹੈ। ਗੁਰਬਾਣੀ ਮਨ ਨੂੰ ਸਮਝਾ ਰਹੀ ਹੈ, ਮਨ ਸਮਝਾਵਣ ਕਾਰਨ ਅਜੋਕ ਪੜ੍ਹੀਏ ਗਿਆਨ, ਜਿਹੜਾ ਗਿਆਨ ਪੜ੍ਹਦੇ ਹਾਂ, ਮਨ ਆਪਣੇ ਆਪ ਟਿਕੇ, ਆਪਣੇ ਆਪ ਛੱਡੇ, ਨਾ ਕਿਸੇ ਡਰ ਨਾ ਛੱਡੂਗਾ, ਨਾ ਕਿਸੇ ਭੈ ਨਾ ਛੱਡੂਗਾ, ਲਾਲਚ ਨਾ ਛੱਡੂਗਾ। ਅੱਤਵਾਦੀ ਜਾਂ ਲਾਲਚ ਦਿੰਦੇ ਨੇ ਵੀ ਤੈਨੂੰ ਮੁਨਿਸਟਰੀ ਦੇ ਦਿੰਦੇ ਆ, ਸਰਕਾਰ 'ਚ ਲੈ ਲੈਂਦੇ ਆ, ਫਿਰ ਛੱਡ ਜਾਂਦੇ, ਮੁੱਖ ਧਾਰਾ ਜਾ ਜਾਓ, ਲਾਲਚ ਹੋ ਗਿਆ, ਲਾਲਚ ਨਾ ਛੱਡੂਗਾ, ਲੋਭੀ ਹੈ ਜੋ ਕੁਛ ਕਰ ਰਿਹਾ ਹੈ, ਲੁੱਟਮਾਰ ਲੋਭ ਕਰਕੇ ਕਰ ਰਿਹਾ। ਲੋਭ ਦੀ ਪੂਰਤੀ ਜਾਇਜ਼ ਤਰੀਕੇ ਨਾਲ ਇਹਦੀ ਕਰ ਦਿਓ, ਛੱਡ ਦੇਵੇ, ਉਸ ਤਰੀਕੇ ਨਾਲ ਛੱਡ ਸਕਦਾ। ਇਸ ਕਰਕੇ ਗੁਰਬਾਣੀ ਨੇ ਲੋਭ ਵੀ ਦਿੱਤਾ, ਇਹਦੀ ਕਮਜ਼ੋਰੀ ਦੇਖ ਲਈ ਵੀ ਲੋਭੀ ਹੈ, ਲੋਭ ਹੀ ਦਿੱਤਾ। ਵੱਧ ਤੋਂ ਵੱਧ ਸੰਸਾਰ ਰਾਜ ਲੈ ਸਕਦਾ ਤੂੰ, ਲੈ ਤੈਨੂੰ ਇਹੋ ਜਿਹਾ ਰਾਜ ਦਿੰਦਾ ਜਿਹੜਾ ਹਮੇਸ਼ਾ ਹੀ ਰਹੇ। ਪਰ ਇੱਕ ਵਾਰ ਸੁਣਨ ਲੱਗ ਜਾਵੇ ਪਛਿੱਤਰ ਨਾਥ, ਫਿਰ ਐਸਾ ਬ੍ਰਹਮ ਗਿਆਨ ਦੇ ਚੱਕਰ 'ਚ ਪੈਣੇ ਨੇ, ਸਭ ਕੁਝ ਭੁੱਲ ਜਾਣਾ। ਇਹਨੂੰ ਗੱਲ ਸ਼ੁਰੂ ਕਰ ਲਓ ਕਿ ਅਵਨਾਸ਼ੀ ਰਾਜ ਕਿਵੇਂ ਮਿਲੂਗਾ ਤੈਨੂੰ, ਇਹੀ ਕਹਾਣੀ ਤੇਰੀ ਅੱਜ ਚਰਿੱਤਰ ਦੀ ਹੈ। ਰੋਜ਼ ਇੱਕ ਕਹਾਣੀ ਸੁਣਾਉਂਦੇ ਨੇ, ਉਹ ਮੰਤਰੀ ਸੁਣਾ ਰਿਹਾ, ਔਰ ਸ਼ਾਮ ਪੈ ਜਾਂਦੀ ਹੈ, ਫਾਂਸੀ ਦਾ ਟਾਈਮ ਲੰਘ ਜਾਂਦਾ। 405 ਚਰਿੱਤਰ ਨੇ, 365 ਦਿਨ ਹੁੰਦੇ ਨੇ ਸਾਲ ਦੇ, ਸਾਲ ਤੋਂ ਵੱਧ ਟਾਈਮ ਟਪਾਤਾ ਨਾ ਫਸੀ ਹੋਈ ਨੂੰ। ਰੋਜ਼ ਇੱਕ ਕਹਾਣੀ ਸੁਣਾਉਂਦਾ ਵਜ਼ੀਰ ਰਾਜੇ ਨੂੰ, ਉਹ ਇੱਕ ਉਹਦੀ ਬਹਿਸ ਦਾ ਹਿੱਸਾ ਹੈ। ਵਕਾਲਤ ਕਰ ਰਿਹਾ ਮੁੰਡੇ ਦੀ ਤਰਫ 'ਤੇ ਖੜਾ ਹੋ ਕੇ, ਬਹਿਸ ਜਿੰਨੀ ਮਰਜ਼ੀ ਲੰਬੀ ਲੈ ਜਾਵੇ ਵਕੀਲ, ਸਰਕਾਰ ਨਹੀਂ ਕਹਿ ਸਕਦੀ ਤੂੰ ਬਹਿਸ ਬੰਦ ਕਰ ਦੇ, ਕਹਿ ਵੀ ਨਾ ਕਰੀ ਜਾਵੇ ਬਹਿਸ, ਪਰ ਗੱਲ ਨਵੀਂ ਹੋਵੇ, ਹੁਣ ਮੁੜ ਉਹੀ ਗੱਲ ਨਹੀਂ ਕਹੇ। ਆਖਰ ਰਾਜਾ ਨੂੰ ਜਗਾ ਦਿੱਤਾ, ਉਹਨੇ ਜਗਾਉਣ ਵਾਸਤੇ ਬਹਿਸ ਕਰ ਰਿਹਾ, ਅਸਲ ਦੇ ਵਿੱਚ ਉਹ ਕਰ ਰਿਹਾ ਵੀ ਤੂੰ ਹੈ ਰਾਜਨ, ਰਾਜਾ ਉਹ ਹੁੰਦਾ ਰਾਜਾ ਚੂਲੀ ਨਿਉਂਕੀ, ਰਾਜਾ ਚੂਲੀ ਨਿਉਂਕੀ, ਰਾਜਾ ਜਦ ਰਾਜ 'ਤੇ ਬਹਿੰਦਾ ਇਨਸਾਫ ਕਰਨ ਦੀ ਚੂਲੀ ਛੱਡਦਾ, ਉਹ ਤੂੰ ਬੇਇਨਸਾਫੀ ਕਰ ਰਿਹਾ, ਮੈਂ ਬੇਇਨਸਾਫੀ ਨਹੀਂ ਹੋਣ ਦੇਣੀ, ਮੈਂ ਤੇਰਾ ਸਲਾਹਕਾਰ ਹਾਂ, ਮਨਿਸਟਰ ਸਲਾਹਕਾਰ ਹੁੰਦੇ ਨੇ, ਮੈਂ ਤੇਰਾ ਕਾਨੂੰਨੀ ਮਸ਼ੀਰ ਹਾਂ, ਗਾਈਡ ਹਾਂ, ਕਸੂਰ ਮੇਰਾ ਵੀ ਤੇਰੇ ਨਾਲ ਜ਼ਿਆਦਾ ਹੈ, ਜੇ ਤੈਂ ਗਲਤੀ ਕਰ ਲਈ ਜ਼ਿੰਮੇਵਾਰੀ ਮੇਰੀ, ਜੇ ਕੇਸ ਹਾਰ ਗਿਆ ਕਸੂਰ ਵਕੀਲ ਦਾ, ਹਾਰਨ ਵਾਲਾ ਕੇਸ ਨਹੀਂ ਸੀ, ਹਾਰ ਗਿਆ ਵਕੀਲ ਦੀ ਗਲਤੀ ਨਾਲ ਹਾਰ ਗਿਆ, ਗਲਤੀ ਮੇਰੀ ਹੈ,
ਇੱਕ ਉਹ ਮੁੰਡਾ ਤੇਰੇ, ਇਹਨੂੰ ਫਾਂਸੀ ਹੋ ਜਾਣੀ ਹੈ, ਤੈਂ ਉਹ ਫਾਂਸੀ ਕਰਤੀ, ਤੇਰੇ ਦਿਮਾਗ 'ਤੇ ਗਲਤ ਕੁਛ ਮਿਸਅੰਡਰਸਟੈਂਡਿੰਗ ਤੈਨੂੰ ਕਰਤੀ ਕਿਸੇ ਨੇ, ਤੇਰੇ ਫਸਾਤੀ ਗੱਲ। ਉਹ ਉਹਦੇ ਅੰਦਰੋਂ ਕੱਢ ਰਿਹਾ ਹੌਲੀ ਹੌਲੀ ਗੱਲ, ਔਰ ਵਜ਼ੀਰ ਕੱਢ ਰਿਹਾ, ਰਾਜਾ ਸੁਣ ਰਿਹਾ ਹੈ। ਦਸਮ ਪਾਤਸ਼ਾਹ ਨੇ ਲਿਖਿਆ, ਦਸਮ ਪਾਤਸ਼ਾਹ ਨੇ ਆਪਣੇ ਕੋਲੋਂ ਲਿਖੀ, ਉਹ ਤਾਂ ਵਜ਼ੀਰ ਦੀ ਗੱਲ ਦੱਸ ਰਹੇ ਨੇ ਵੀ ਆਹ ਕਹੀ। ਕੇਸ ਹੈ, ਹਾਈ ਕੋਰਟ 'ਚ ਲੱਗਿਆ, ਸੁਪਰੀਮ ਕੋਰਟ 'ਚ ਲੱਗਿਆ ਹੈ, ਕਿਤੇ ਦੋ ਪਾਰਟੀਆਂ ਨੇ, ਦੋ ਵਕੀਲ ਗੱਲਾਂ ਕਰ ਰਹੇ ਨੇ, ਫਾਈਲ 'ਤੇ ਆ ਰਹੀਆਂ ਨੇ। ਉਹ ਜੱਜ ਨੂੰ ਤੁਸੀਂ ਕਹੋਗੇ ਵੀ ਕਿਹੋ ਜਿਹਾ ਜੱਜ ਸੀ ਜੀ, ਉਹ ਸੁਣਦਾ ਰਿਹਾ ਇਹ ਗੱਲਾਂ, ਕੇਸ ਇਹ ਜਾ, ਉਹ ਗੱਲਾਂ ਉਹੀ ਹੋਣਗੀਆਂ। ਅਤੇ ਸਵਾਲ ਤਾਂ ਕੇਸ ਕਿਹੜੀ ਨੋਈਅਤ ਦਾ, ਕੇਸ ਦੀ ਨੋਈਅਤ ਕੀ ਹੈ? ਉਹੀ ਗੱਲਾਂ ਹੋਣਗੀਆਂ ਉੱਥੇ ਜਿਹੜੀ ਨੋਈਅਤ ਦਾ ਕੇਸ ਕੋਰਟਾਂ 'ਚ ਨਹੀਂ ਹੁੰਦੀ। ਸ਼ੌਕਰਾਂ ਨਹੀਂ ਲਿਖਿਆ ਹੋਇਆ, ਉਹ ਗੁਰਬਾਣੀ ਵੀ ਜਗਾ ਰਹੀ ਹੈ ਸਾਨੂੰ ਆਪਣਾ ਸ਼੍ਰੀ ਰਾਜ ਵਾਸਤੇ, ਉਹ ਜਗਾ ਰਿਹਾ। ਜੇ ਤੁਹਾਡਾ ਕੱਲ੍ਹ ਨੂੰ ਰਾਜ ਆ ਜਾਵੇ ਖਾਲਸੇ ਦਾ, ਤਾਂ ਐਂ ਜਾ ਕੇ ਰਹਿਣਾ। ਆਹ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਤੁਹਾਡੇ ਤੋਂ ਅਵੱਗਿਆ ਕਰਵਾ ਦੂ। ਰਣਜੀਤ ਸਿੰਘ ਇਸੇ ਨੇ ਮਾਰਿਆ। ਰਣਜੀਤ ਸਿੰਘ ਦਾ ਰਾਜ ਖਤਮ ਹੋਣ ਦਾ ਮਤਲਬ ਇਹੀ ਹੈ। ਉਹ ਬਚਤ ਇਹ ਪ੍ਰਮੋਚਨ ਜਿਹੜਾ ਤ੍ਰਿਆ ਚਰਿੱਤਰ ਨਹੀਂ ਸੀ ਪੜ੍ਹਿਆ ਹੋਇਆ, ਜੇ ਪੜ੍ਹ ਜਾਂਦਾ ਡੋਗਰਿਆਂ ਦੇ ਜਾਲ 'ਚ ਫਸਦਾ ਨਹੀਂ ਸੀ, ਡੋਗਰਿਆਂ ਨੇ ਫਸਾ ਲਿਆ ਜਾਲ 'ਚ। ਅਕਾਲੀ ਫੂਲਾ ਸਿੰਘ ਪੜ੍ਹਿਆ ਹੋਇਆ ਸੀ, ਉਹਨੂੰ ਨਾ ਫਸਾ ਲਿਆ ਕਿਸੇ ਨੇ, ਅਕਾਲੀ ਫੂਲਾ ਸਿੰਘ ਨੂੰ ਫਸਾ ਲਿਆ ਕਿਸੇ ਨੇ, ਰਣਜੀਤ ਸਿੰਘ ਨੂੰ ਕਿਵੇਂ ਫਸਾ ਲਿਆ? ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ, ਇਹ ਕੀ ਜਾਣਨ, ਕੀ ਗੱਲਾਂ ਨੇ? ਬ੍ਰਹਮ ਗਿਆਨ ਤੋਂ ਬਾਅਦ ਸਾਨੂੰ ਖਤਰਾ ਕੀ ਹੈ? ਜੇ ਤੁਹਾਡੇ ਕੋਲ ਪਾਵਰ ਆ ਜਾਵੇ, ਰਾਜ ਕਰਨ ਦੀਆਂ ਗੱਲਾਂ ਕਰਦੇ ਹੋ, ਜੇ ਰਾਜ ਆ ਗਿਆ ਫਿਰ ਆ ਗਿਆ ਸੀ ਰਣਜੀਤ ਸਿੰਘ ਦਾ, ਰੱਖਣਾ ਲਿਆ ਫਿਰ ਉਹਨੇ। ਇਹਨਾਂ ਤੇ ਤਾਂ ਜੇ ਆ ਜੇ ਰੱਖ ਵੀ ਨਹੀਂ ਹੋਣਾ, ਪਹਿਲਾਂ ਤਾਂ ਆਉਣਾ ਹੀ ਨਹੀਂ, ਕਾਬਲੇ ਨਹੀਂ, ਗੁਰੂ ਦੇ ਖਿਲਾਫ ਹੈ। ਜੇ ਗੁਰੂ ਰਾਜ ਦਵਾਊਗਾ ਤਾਂ ਗੁਰੂ ਦੱਸ ਵੀ ਰਿਹਾ, ਅਕਲ ਵੀ ਦੇ ਰਿਹਾ, ਰਾਜ ਕਰਨਾ ਕਿਵੇਂ? ਉਹ 24 ਅਵਤਾਰ ਤਾਂ ਲਿਖੇ ਨੇ, ਆਦ ਤੇ ਬਾਦ ਨੇ ਉਹ। ਅੱਜ ਤੱਕ ਤਾਂ ਜੀਵਨ ਮੁਕਤ ਅਵਸਥਾ ਹੈ, ਉਹਦੇ ਬਾਅਦ ਕੀ ਹੈ? ਜੇ ਸਾਰੀ ਦੁਨੀਆ ਹੀ ਰਾਜ ਦੇ ਦੇਵੇ ਇਕੱਠੇ ਹੋ ਕੇ ਵੀ ਭਾਈ ਤੁਸੀਂ ਉਹ ਰਾਜ ਕਰੋ, ਖਾਲਸਾ ਪਾਉਂਗੇ ਰਾਜ ਕਰੇ, ਦੁਨੀਆ ਨੂੰ ਲੋੜ ਪੈ ਜਾਵੇ, ਫਿਰ ਤੁਸੀਂ ਕਿਵੇਂ ਕਰਨਾ? ਉਹ ਅਗਲ ਕਿੱਥੇ ਹੈ ਨਾ, ਕਿੱਥੋਂ ਆਊਗੀ ਅਗਲ? ਉਹ ਹੈਗੀ ਕਿਸੇ ਕੋਲ? ਜੇ ਹੈਗੀ ਤਾਂ ਦੱਸਣ, ਜੇ ਕਿਸੇ ਕੋਲ ਹੈ ਤਾਂ ਦੱਸ ਦੇਣ। ਜਿਹੜੇ ਬੜੇ ਕਲਾਕਾਰ ਬਣੇ ਪਤਾ, ਜਿੰਨੀ ਕੁ ਉਹਨਾਂ ਕੋਲ ਹੈਗੀ ਸਾਨੂੰ ਪਤਾ ਅਗਲ, ਜਿਹੜੇ ਗੱਲਾਂ ਕਰਨ ਵਾਲੇ ਨੇ, ਉਹ ਲੋਕਾਂ ਦੀਆਂ ਲਿਖੀਆਂ ਜਿਹੜੀਆਂ ਕਿਤਾਬਾਂ ਪੜ੍ਹਦੇ ਨੇ, ਜੋੜਾ ਉਹਨਾਂ ਕੋਲ ਵਿੱਚ ਹੈਗਾ ਕਿਤਾਬਾਂ 'ਚ ਪਤਾ ਸਾਨੂੰ ਸਾਰੀਆਂ 'ਚ ਕੀ ਹੈ। ਇਹ ਤਿੰਨ ਲੋਕ ਦੀ ਗੱਲ ਗੁਰਬਾਣੀ 'ਚ, ਸੰਸਾਰ ਨੂੰ ਵੀ ਪਤਾ ਤਿੰਨ ਲੋਕ ਕੀ ਹੁੰਦੇ ਨੇ, ਜੋ ਕੁਛ